ਪਹਿਲਾਂ ਪਿਆਈ ਸ਼ਰਾਬ, ਫਿਰ ਕੀਤਾ ਮਹਿਲਾ ਦਾ ਰੇਪ, ਸਿਰ ਤੇ ਇੱਟਾਂ ਮਾਰ ਕੇ ਉਤਾਰਿਆ ਮੌਤ ਦੇ ਘਾਟ। ਤਾਂ ਦੱਸ ਦੇ ਕਿ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਦਰਿੰਦੇ ਨੇ 32 ਸਾਲਾ ਵਿਆਹੁਤਾ ਮਹਿਲਾ ਦਾ ਪਹਿਲਾਂ ਰੇਪ ਕਰਦਾ, ਫਿਰ ਉਸਦੇ ਸਿਰ ਤੇ ਇੱਟਾਂ ਮਾਰ ਕੇ ਉਸਦਾ ਕਤਲ ਕਰ ਦਿੰਦਾ ਤੇ ਉਸਦੀ ਲਾਸ਼ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਸੁੱਟ ਕੇ ਫਰਾਰ ਹੋ ਜਾਂਦਾ। ਤਾਂ ਦੱਸਦੇ ਕਿ ਪੂਰਾ ਮਾਮਲਾ 29 ਜਨਵਰੀ ਦੀ ਰਾਤ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਪਲਾੜ ਦੇ ਖੰਡਰ ਦੇ ਵਿੱਚ ਇੱਕ 32 ਸਾਲਾ ਵਿਆਹੁਤਾ ਮਹਿਲਾ ਦੀ ਲਾਸ਼ ਮਿਲੀ ਹੈ, ਜਿਸ ਤੋਂ ਅਗਲੇ ਦਿਨ ਮ੍ਰਿਤਕਾ ਦੀ ਭੈਣ ਨੇ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ 6 ਮੁਲਜ਼ਮਾਂ ਦੇ ਖਿਲਾਫ ਬਲਾਤਕਾਰ ਤੇ ਕਤਲ ਕਰਨ ਦਾ ਮਾਮਲਾ ਦਰਜ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਮ੍ਰਿਤਕ ਬੰਟੀ ਉਸ ਮਹਿਲਾ ਦਾ ਦੋਸਤ ਸੀ ਤੇ ਇਸੇ ਦੋਸਤੀ ਦਾ ਫਾਇਦਾ ਚੱਕਦੇ ਹੋਏ ਬੰਟੀ 29 ਜਨਵਰੀ ਨੂੰ ਉਸ ਮਹਿਲਾ ਨੂੰ ਆਪਣੇ ਦੋਸਤ ਦੀ ਈ ਰਿਕਸ਼ਾ ਦੇ ਵਿੱਚ ਲੈ ਕੇ ਜਾਂਦਾ ਹੈ, ਜਿਸ ਤੋਂ ਬਾਅਦ ਕਿਸੇ ਜਗ੍ਹਾ ਤੇ ਬੈਠ ਕੇ ਇਹ ਇਕੱਠੇ ਸ਼ਰਾਬ ਪੀਂਦੇ ਨੇ ਤੇ ਫਿਰ ਇਹ ਮਹਿਲਾ ਦੇ ਨਾਲ ਰੇਪ ਕਰਦਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਜਾਂਦੀ ਹੈ ਤੇ ਇਹ ਮਹਿਲਾ ਦੇ ਸਿਰ ਤੇ ਇੱਟਾਂ ਮਾਰ ਮਾਰ ਕੇ ਉਸਨੂੰ ਜ਼ਖਮੀ ਕਰ ਦਿੰਦਾ ਹੈ, ਜਿਸ ਤੋਂ ਬਾਅਦ ਇਹ ਮਹਿਲਾ ਨੂੰ ਇੱਕ ਖੰਡਰ ਪਲਾੜ ਦੇ ਵਿੱਚ ਸੁੱਟ ਦਿੰਦਾ ਹੈ ਤੇ ਉਸ ਸਮੇਂ ਮਹਿਲਾ ਜਿਉਂਦੀ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤੇ ਪੁਲਿਸ ਇਸ ਤੇ ਤੁਰੰਤ ਕਾਰਵਾਈ ਕਰਦੀ ਹੈ ਤੇ 3 ਦਿਨਾਂ ਦੇ ਅੰਦਰ ਪੁਲਿਸ ਵੱਲੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਤਾਂ ਦੱਸਦੇ ਕਿ ਪੂਰਾ ਮਾਮਲਾ ਕੈਥਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਆਹੁਤਾ ਮਹਿਲਾ ਨੂੰ ਪਹਿਲਾਂ ਸ਼ਰਾਬ ਪਿਆਈ ਜਾਂਦੀ ਹੈ, ਜਿਸ ਤੋਂ ਬਾਅਦ ਰੇਪ ਕਰਕੇ ਉਸਦਾ ਕਤਲ ਕਰ ਦਿੱਤਾ ਜਾਂਦਾ। ਇਹ 30 ਤਾਰੀਖ ਨੂੰ ਸੁਬਹ ਸੁਬਹ ਪੁਲਿਸ ਕੋ ਸੂਚਨਾ ਮਿਲੀ ਥੀ, ਇੱਕ ਲੇਡੀਜ਼ ਵਹਾਂ ਮਰਦ ਅਵਸਥਾ ਮੇਂ ਪਾਈ ਹੈ, ਤੋ ਉਸ ਪੇ ਹਮ ਪੁਲਿਸ ਮੌਕੇ ਪੇ ਪਹੁੰਚੀ ਤੋ ਦੇਖਿਆ ਔਰ ਉਸਕੇ ਮੈਡੀਕਲ ਵਗੈਰਾ ਕਰਾਇਆ ਤੋ ਰੇਪ ਕੀ ਪੁਸ਼ਟੀ ਹੋਈ ਥੀ ਔਰ ਉਸਮੇ 302 ਔਰ ਰੇਪ ਕਾ ਪਰਚਾ ਮੈਂ ਦਰਜ ਕਰ ਦਿਆ ਥਾ। ਕਿਤਨੇ ਆਰੋਪੀਆਂ ਸਰ, ਕਿਸ ਤਰ੍ਹਾਂ ਸੇ ਵਾਰਦਾਤ ਕੋ ਅੰਜਾਮ ਦਿਆ? ਉਸਮੇ ਸਟਾਰਟਿੰਗ ਮੇਂ ਉਨਹੋਨੇ 6 ਆਰੋਪੀਓਂ ਕੇ ਨਾਮ ਲਿਖਾਏ ਥੇ, ਹਮਨੇ 1 by 1 ਸਭੀ ਕੋ ਵੈਰੀਫਾਈ ਕੀਆ ਥਾ, ਲੇਕਿਨ ਉਨਮੇ ਸੇ ਏਕ ਆਰੋਪੀ ਜੋ ਬਾਈ ਨੇਮ ਥਾ ਵੋ ਬੰਟੀ ਉਰਫ ਤੋਤੂ ਔਰ ਏਕ ਲੜਕਾ ਔਰ ਸੋਨੂ ਉਰਫ ਸੋਨੂ ਵਹੀਂ ਕਾ ਜੋ ਜਖੋਲੀ ਅੱਡੇ ਕਾ ਰਹਿਣੇ ਵਾਲਾ ਹੈ, ਉਹ ਦੋਨੋਂ ਆਦਮੀ ਇਸਮੇ ਇਨਵੋਲਵ ਥੇ, ਜਿਨਕੋ ਹਮਨੇ ਅੱਜ ਸੁਬਹ ਸੁਬਹ ਜਖੋਲੀ ਬਸ ਅੱਡੇ ਸੇ ਗ੍ਰਿਫਤਾਰ ਕਰ ਲਿਆ। ਤੋ ਕਿਆ ਹੁਆ ਥਾ ਸਰ ਘਟਨਾ ਵਾਲੇ ਨੂੰ? ਇਨਹੋਨੇ ਜਖੋਲੀ ਅੱਡੇ ਕੇ ਪਾਸ ਹੈ ਜੋ ਜੁਗੀ ਜੋਫੜੀਆਂ ਰਹਿਤੇ ਹੈ ਉਨਕੇ ਆਸ ਪਾਸ ਇਨਹੋਨੇ ਕਹੀਂ ਦਾਰੂ ਪੀ ਹੈ ਸੋਨੂ ਨੇ ਔਰ ਬੰਟੀ ਉਰਫ ਤੋਤੂ ਨੇ, ਔਰ ਸੋਨੂ ਕੇ ਪਾਸ ਈ ਰਿਕਸ਼ਾ ਵਗੈਰਾ ਥੀ ਤੋ ਦਾਰੂ ਪੀ ਕੇ ਉਨਹੋਨੇ ਇਹ ਲੜਕੀ ਵੀ ਮਹਿਲਾ ਵੀ ਵਹੀਂ ਸੇ ਮਿਲ ਗਈ ਔਰ ਇਸਕੋ ਇਨਹੋਨੇ ਆਪਣੇ ਈ ਰਿਕਸ਼ਾ ਮੇਂ ਬਿਠਾਇਆ ਔਰ ਬਿਠਾਏ ਗਏ ਹੈ ਆਪਣੇ ਉਦਯੋਗ ਵਿਹਾਰ ਪਟੇਲ ਨਗਰ ਕੈਥਲ ਕੀ ਤਰਫ ਲੈ ਆਏ। ਵਹਾਂ ਇਨਹੋਨੇ ਕਿਸੀ ਖਾਲੀ ਜਗ੍ਹਾ ਪਰ ਇਨਹੋਨੇ ਇਸਕੇ ਸਾਥ ਬਲਾਤਕਾਰ ਕੀਆ ਔਰ ਇਸਨੇ ਵਿਰੋਧ ਕੀਆ ਤੋ ਇਸਕਾ ਚੋਟ ਵਗੈਰਾ ਮਾਰੀ ਔਰ ਇਸਕੋ ਬਾਅਦ ਮੇਂ ਵਹਾਂ ਕਿਸੀ ਖਾਲੀ ਪੜੇ ਹੋਏ ਕੋਠੇ ਕੇ ਅੰਦਰ ਛੋੜ ਕਰ ਚਲੇ ਗਏ ਔਰ ਸੁਬਹੇ ਤੱਕ ਇਸਕੀ ਮੌਤ ਹੋ ਗਈ। ਕਿਤਨੇ ਆਰੋਪੀ ਗ੍ਰਿਫਤਾਰ ਕੀਆ? ਇਸਮੇਂ ਹਮਨੇ 2 ਆਰੋਪੀਓਂ ਗ੍ਰਿਫਤਾਰ ਕੀਆ ਹੈ, ਸੋਨੀ ਔਰ ਬੰਟੀ। ਆਜ ਇਨਕੋ ਹਮ ਕੋਰਟ ਮੇਂ ਪੇਸ਼ ਕਰੇਂਗੇ ਔਰ ਇਨਕਾ ਪੁਲਿਸ ਰਿਮਾਂਡ ਲੇਂਗੇ ਔਰ ਆਗੇ ਜੋ ਜਾਂਚ ਸਾਹਮਣੇ ਆਏਗੀ ਆਗੇ ਕਾਰਵਾਈ ਕੀ ਜਾਏਗੀ।